ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਸ਼ਹਿਨਾਸ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਸਵਨੀਤ ਕਾਲੋ ਦੇ ਨਾਲ ਰਹਿੰਦੀ ਹਾਂ, ਅਤੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਸਵਨੀਤ ਕਾਲੋ ਕੀ, ਪਰ ਇਹਨਾਂ ਨੇ ਨਹੀਂ ਹਟਣਾ। ਮਤਲਬ ਸਵੇਰੇ ਮਤਲਬ 6 ਵਜੇ ਜਾਂ ਮੇਰੇ ਖਿਆਲ 'ਚ 8 ਵਜੇ ਨਾਲ ਜਿੰਮ ਚੱਲ ਜਾਂਦੇ ਆ, ਇੰਨੀ ਐਕਸਰਸਾਈਜ਼ ਵੀ ਕਰਦੇ ਆ, ਕਾਰਡੀਓ ਵੀ ਕਰਦੇ ਆ, ਪਰ ਫਿਰ ਵੀ ਹੁਣ ਵੇਖਿਓ ਇਹਨਾਂ ਨੇ ਬਾਹਰ ਆ ਕੇ ਨਾ ਇਹ ਵੀ ਕਹਿਣਾ ਮੈਂ ਕੁਛ ਖਾਵਾਂ, ਮੈਂ ਕੁਛ ਖਾਵਾਂ। ਹੁਣ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਆ, ਸ਼ਾਮਾਂ ਪਈਆਂ ਆ, ਅਤੇ ਹੁਣ ਦੇਖੋ ਆ ਕੀ ਖਾਂਦੇ ਆ। ਆਹ ਦੇਖੋ ਆ, ਫਿਰ ਵੀ ਹੁਣ ਕਹਿੰਦੇ ਮੈਂ ਟਿੱਕੀਆਂ ਖਾਣੀਆਂ ਹੀ ਖਾਣੀਆਂ ਖਾਣੀਆਂ ਖਾਣੀਆਂ, ਅਤੇ ਆਹ ਦੇਖੋ ਹੁਣ ਟਿੱਕੀਆਂ ਖਾਂਦੇ ਪਏ ਆ। ਹਾਂਜੀ ਭੂਆ ਜੀ, ਖਾਣੇ ਆ ਟਿੱਕੀਆਂ, ਜਿਹੜੀ ਸ਼ਰਟ ਪਾਈ ਆ ਬਟਨ ਦੇ ਤੇ ਖੁੱਲਦੇ ਪਏ ਆ ਖਾ ਖਾ ਕੇ। ਹੈਂ ਯਾਰ, ਟਾਈਟ ਹੋ ਗਈ। ਉਹ ਵੇਖੋ ਬਟਨ ਖੁੱਲਣ ਦੇ, ਉਹ ਵੇਖੋ ਟਾਈਟ ਹੋ ਗਈ, ਟਾਈਟ ਟਾਈਟ ਹੋ ਗਈ। ਤੇ ਘੱਟ ਖਾ ਲਿਆ ਕਰੋ ਨਾ, ਉਦੋਂ ਤੁਸੀਂ ਜਿਮ ਵੀ ਜਾਂਦੇ ਸਵੇਰੇ 8 ਵਜੇ। ਯਾਰ ਕੀ ਕਰਾਂ, ਫਾਸਟ ਫੂਡ ਵੱਲ ਵੇਖ ਕੇ ਰਿਹਾ ਨਹੀਂ ਜਾਂਦਾ, ਮੈਨੂੰ ਖਾਣਾ ਹੀ ਪੈਂਦਾ। ਚਲ ਕੋਈ ਨਹੀਂ, ਫੇਰ ਜ਼ਿਆਦਾ ਐਕਸਰਸਾਈਜ਼ ਕਰ ਲਾਂਗੀ। ਪਰ ਅੱਜ ਹੁਣ ਇਹੀ ਇਹਨਾਂ ਦਾ ਨਾਰਾ ਪਤਾ ਕਿਹੜਾ ਹੁੰਦਾ ਆ, ਆ ਮੈਂ ਹੁਣ ਖਾ ਲੈਂਦੀ ਹਾਂ, ਸਵੇਰੇ ਪੱਕਾ ਮੈਂ ਐਕਸਰਸਾਈਜ਼ ਕਰ ਲਾਂਗੀ, ਹੁਣ ਖਾ ਲੈਂਦੀ ਹਾਂ, ਸਵੇਰੇ ਫੇਰ ਐਕਸਰਸਾਈਜ਼ ਕਰ ਹੀ ਲੈਣੀ ਆ। ਅੱਜ ਪੱਕਾ ਲਾਸਟ ਦਿਨ, ਕਿਉਂਕਿ ਮੈਂ ਲੰਘਦੀ ਪਈ ਤੇ ਇੱਥੇ ਟਿੱਕੀਆਂ ਵਾਲੀ ਰੇੜੀ ਸੀਗੀ, ਤੇ ਟਿੱਕੀਆਂ ਮੇਰੀਆਂ ਫੇਵਰੇਟ ਨੇ, ਮੇਰੇ ਕੋਲ ਟਿੱਕੀਆਂ ਵਾਲ ਵੇਖ ਕੇ ਰਿਹਾ ਨਹੀਂ ਗਿਆ, ਇਸ ਕਰਕੇ ਮਜਬੂਰਨ ਮੈਨੂੰ ਖਾਣੀਆਂ ਪਈਆਂ। ਤੇ ਆਹ ਵਾਲੇ ਸਾਡੇ ਟਿੱਕੀਆਂ ਵਾਲੇ ਅੰਕਲ ਆ ਜਿਨ੍ਹਾਂ ਨੇ ਬਣਾ ਕੇ ਦਿੱਤੀ ਹੈ, ਤੇ ਅੰਕਲ ਵੇਖ ਵੇਖ ਕੇ ਹੱਸੀ ਜਾਂਦੇ ਨੇ ਕਿ ਇਹ ਕੀ ਕਰਦੀ ਆ, ਪਰ ਇਹ ਖਾਣੋ ਨਹੀਂ ਹਟਦੇ ਪਏ। ਤੇ ਇਹਨਾਂ ਨੂੰ ਵੀ ਤੁਸੀਂ ਹੁਣ ਦੇਖ ਲਓ, ਉੱਦਾਂ ਤੁਹਾਨੂੰ ਕਹਿੰਦੇ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਪਤਲੀ ਹੁੰਦੀ ਪਈ ਹਾਂ ਕਿ ਨਹੀਂ ਪਤਲੀ, ਇਹਨਾਂ ਨੇ ਸਵਾਹ ਹੋਣਾ ਜਦ ਕੁਛ ਖਾਣ, ਖਾਈ ਜਾਣਾ ਖਾਈ ਜਾਣਾ। ਬੜੀਆਂ ਸਵਾਦ ਆ, ਇੰਨੀਆਂ ਵਧੀਆ ਬਣਾਈਆਂ ਅੰਕਲ ਨੇ, ਇੰਨੀਆਂ ਵਧੀਆ ਬਣਾਈਆਂ, ਮਜ਼ਾ ਆ ਗਿਆ। ਅੰਕਲ ਜੀ ਤੁਸੀਂ ਚਟਨੀ ਪਾਓ, ਮਿਰਚ ਵਾਲੀ ਵੀ ਪਾਓ ਤੇ ਦੂਸਰੀ ਵੀ ਪਾਓ। ਚਲੋ ਜੀ ਠੀਕ ਹੈ, ਤੁਹਾਨੂੰ ਮਿਲਾਂਗੇ ਹੁਣ ਆਪਾਂ ਅਗਲੇ ਸ਼ੋਟ ਜਾਂ ਅਗਲੇ ਵਲੌਗ ਵਿੱਚ, ਅਗਲੇ ਕੇ ਬਰਗਰ ਨਿਊਡਲ ਨਾਲ। ਓਕੇ ਬਾਏ। ਆਹੋ ਇਹੀ ਕੰਮ ਆ ਤੁਹਾਨੂੰ ਤੇ। ਓਕੇ।